ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਤੁਹਾਡਾ ਆਪਣਾ ਸ਼ੋਅ ਹੈਲਥ ਪਲੱਸ। ਅੱਜ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ ਜੀ ਤੁਹਾਡੇ ਹੈਲਥ ਇਸ਼ੂਜ਼ ਨੂੰ ਲੈ ਕੇ, ਅਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਆਪਣੇ ਸ਼ੋਅ ਦੇ ਵਿੱਚ ਡਾਕਟਰ ਨਵਦੀਪ ਸ਼ਰਮਾ ਜੀ ਨੂੰ, ਜਿਨ੍ਹਾਂ ਨੂੰ ਤੁਸੀਂ ਸਭ ਬਖੂਬੀ ਜਾਣਦੇ ਹੋ, ਅਤੇ ਅੱਜ ਫਿਰ ਕਿਸੇ ਨਾ ਕਿਸੇ ਬਿਮਾਰੀ ਨੂੰ ਲੈ ਕੇ ਡਿਸਕਸ ਕਰਾਂਗੇ ਅੱਜ ਦੀ। ਐਕਚੁਅਲੀ ਕਿਉਂਕਿ ਇਹਨਾਂ ਨੇ ਹੁਣੇ ਹੁਣੇ ਡਾਕਟਰ ਨਵਦੀਪ ਸ਼ਰਮਾ ਜੀ ਨੇ USA ਦੇ ਵਿੱਚ ਵਿਜ਼ਿਟ ਕੀਤਾ, ਉੱਥੇ ਉਹਨਾਂ ਨੇ ਦੇਖਿਆ ਕਿ ਬੜੇ ਹੈਲਥ ਇਸ਼ੂਜ਼ ਲੋਕਾਂ ਨੂੰ ਆ ਰਹੇ ਨੇ, ਅਤੇ ਉਹਨਾਂ ਦੇ ਵਿੱਚੋਂ ਇੱਕ ਹੈਲਥ ਇਸ਼ੂ ਹੈਗਾ ਅਰਥਰਾਈਟਿਸ ਦਾ। ਬਹੁਤ ਸਾਰੇ ਪੇਸ਼ੈਂਟ ਪਹੁੰਚੇ, ਇਸੇ ਕਰਕੇ ਅਸੀਂ ਸੋਚਿਆ ਕਿ ਅੱਜ ਇਸ 'ਤੇ ਹੀ ਅਸੀਂ ਡਿਟੇਲ ਦੇ ਨਾਲ ਗੱਲ ਕਰਦੇ ਹਾਂ, ਡਿਟੇਲ ਦੇ ਨਾਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂ ਹੁੰਦਾ, ਕੀ ਇਹਦਾ ਇਲਾਜ ਕੀ ਹੈਗਾ, ਪ੍ਰੋਪਰ ਜਾਣਕਾਰੀ ਲਵਾਂਗੇ ਜੀ। ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ, ਤੁਸੀਂ ਇਹਨਾਂ ਨੂੰ ਨੋਟ ਕਰਕੇ ਰੱਖ ਲਓ, 24 ਘੰਟੇ 'ਚ ਜਦੋਂ ਮਰਜ਼ੀ ਤੁਸੀਂ ਇਹਨਾਂ 'ਤੇ ਕਾਲ ਕਰ ਸਕਦੇ ਹੋ। ਐਂਡੀਕੇਅਰ ਐਪ ਪਲੇ ਸਟੋਰ ਤੋਂ ਜਾ ਕੇ, ਗੂਗਲ ਪਲੇ ਸਟੋਰ ਤੋਂ ਜਾ ਕੇ ਜ਼ਰੂਰ ਡਾਊਨਲੋਡ ਕਰਨੀ ਹੈਗੀ ਆ, ਉੱਥੋਂ ਵੀ ਬਹੁਤ ਤਰ੍ਹਾਂ ਦੀ ਜਾਣਕਾਰੀ ਮਿਲ ਸਕਦੀ ਹੈ। ਈਵਨ ਜੇਕਰ ਤੁਸੀਂ ਘਰ ਬੈਠੇ ਕੋਈ ਵੀ ਇਸ਼ੂ ਹੈਗਾ, ਰਿਪੋਰਟਸ ਵੀ ਐਂਡੀਕੇਅਰ ਐਪ 'ਤੇ ਭੇਜ ਸਕਦੇ ਹੋ, ਜਾਂ ਫਿਰ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ 'ਤੇ ਭੇਜ ਸਕਦੇ ਹੋ। ਬਾਕੀ ਡਾਕਟਰ ਨਵਦੀਪ ਸ਼ਰਮਾ ਜੀ ਦਾ YouTube ਚੈਨਲ ਡਾਊਨਲੋਡ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ, ਬਹੁਤ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਉੱਥੇ ਮਿਲਣ ਵਾਲੀ ਹੈਗੀ ਆ। ਪ੍ਰੋਪਰ ਜਿਹੜੀਆਂ ਹਰਬਸ ਹੁੰਦੀਆਂ ਨੇ, ਜਿਹੜੀਆਂ ਹਮੇਸ਼ਾ ਉਹ ਦੱਸਦੇ ਨੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਲੱਗਦਾ ਹੈ ਕਿ ਪਤਾ ਨਹੀਂ ਅਸਲੀ ਹੋਏਗੀ ਕਿ ਨਕਲੀ ਹੋਏਗੀ, ਅੱਜ ਕੱਲ੍ਹ ਚੀਜ਼ਾਂ 'ਚ ਬਹੁਤ ਜ਼ਿਆਦਾ ਮਿਲਾਵਟ ਹੈਗੀ ਹੈ, ਉਹ ਵੀ ਦੱਸੀਆਂ ਜਾਣਗੀਆਂ। ਨਾਲ ਦੀ ਨਾਲ ਯੋਗਾ ਬਾਰੇ ਦੱਸਿਆ ਜਾਏਗਾ, ਹੋਰ ਬੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਸਲਿਊਸ਼ਨ ਦੱਸੇ ਜਾਣਗੇ। ਸੋ ਵੈਲਕਮ ਕਰ ਲੈਂਦੇ ਹਾਂ ਜੀ, ਵੈਲਕਮ ਮਿਸ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿਵੇਂ ਸਾਡੀ ਡਿਸਕਸ਼ਨ ਹੋ ਰਹੀ ਸੀ, ਤੁਸੀਂ ਦੱਸਿਆ ਕਿ USA ਗਏ, ਅਰਥਰਾਈਟਿਸ ਦੇ ਬੜੇ ਪੇਸ਼ੈਂਟ ਆਏ ਨੇ, ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਾਰਨ ਕੀ ਹੈਗਾ ਕਿ ਅੱਜ ਕੱਲ ਇੰਨੀ ਪ੍ਰੋਬਲਮ ਜਿਹੜੀ ਇਹ ਵੱਧਦੀ ਜਾ ਰਹੀ ਹੈ? ਦੇਖੋ, ਅਰਥਰਾਈਟਿਸ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ, ਆਮ ਵਾਤ, ਆਯੁਰਵੇਦ 'ਚ ਅਰਥਰਾਈਟਿਸ ਨੂੰ ਕਿਹਾ ਜਾਂਦਾ ਆਮ ਤੇ ਵਾਤ। ਹੁਣ ਆਮ ਸਾਡੇ ਡਾਇਟ ਦੇ ਉੱਪਰ ਡਿਪੈਂਡ ਕਰਦਾ ਵਾ, ਅੱਜ ਦੀ ਡੇਟ 'ਚ ਜਿਹੜੀ ਆਪਾਂ ਡਾਇਟ ਲੈ ਰਹੇ ਹਾਂ ਉਹ ਜ਼ਰੂਰਤ ਤੋਂ ਆਪਾਂ ਵੱਧ ਖਾ ਰਹੇ ਹਾਂ, ਖਾਣਾ ਬੜੀ ਤੇਜ਼ ਖਾ ਰਹੇ ਹਾਂ, ਬੜੀ ਵਾਰੀ ਠੰਡਾ ਖਾਣਾ ਖਾ ਰਹੇ ਹਾਂ ਬਿਨਾਂ ਪ੍ਰੋਪਰ ਗਰਮ ਕੀਤੇ ਹੋਏ, ਖਾਣੇ ਦੇ ਉੱਪਰੋਂ ਚਿਲਡ ਖਾਣੇ ਚੀਜ਼ਾਂ ਲੈ ਲੈਂਦੇ ਹਾਂ ਆਪਾਂ, ਚਿਲਡ ਕੋਲਡ ਡਰਿੰਕ ਲੈ ਲਈ, ਪਾਣੀ ਠੰਡਾ ਲੈ ਲਿਆ। ਖਾਣੇ ਦੇ ਅਗਰ ਆਪਾਂ ਗੱਲ ਕਰੀਏ ਡਾਇਟ 'ਚ, ਮਾਂ, ਰਾਜਮਾਂਹ, ਸਫੇਦ ਚਨੇ, ਅਰਬੀ, ਦੈਨ ਭਿੰਡੀ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਵਾਈ ਵਾਲੀਆਂ ਚੀਜ਼ਾਂ ਨੇ, ਇਹ ਚੀਜ਼ਾਂ ਖਾ ਲਈਆਂ, ਇਹ ਸਾਰੀਆਂ ਚੀਜ਼ਾਂ ਡਾਈਜੈਸ਼ਨ ਵਾਸਤੇ ਥੋੜ੍ਹੀਆਂ ਔਖੀਆਂ ਨੇ। ਇਹ ਸਾਰੇ ਫੈਕਟਰਸ ਮਿਲ ਕੇ ਕੀ ਕਰਦੇ ਨੇ ਕਿ ਜਿਹੜਾ ਖਾਣਾ ਆਪਾਂ ਖਾ ਰਹੇ ਹਾਂ ਉਹਨੂੰ ਪ੍ਰੋਪਰ ਪਚਨ ਨਹੀਂ ਦਿੰਦੇ ਅਤੇ ਸਰੀਰ 'ਚ ਇਕੱਠਾ ਹੋ ਜਾਂਦਾ ਜੀ ਆਮ। ਆਮ ਦੇ ਬਾਰੇ 'ਚ ਸ਼ਾਸਤਰਾਂ 'ਚ ਕਿਹਾ ਗਿਆ ਵੈ, ਜਠਰਾ ਨਰਮ ਦੁਰਬਲਿਆਤ ਵਿਪੱਕ ਵਸਤੂ ਯੋ ਰਸ ਹੈ ਸਹਿ ਆਮ ਸੰਗਿਕਿਓ ਦੇਹੇ ਸਰਵ ਦੋਸ਼ ਪ੍ਰਕੋਪਕ ਹੈ। ਮਤਲਬ ਕਿ ਸਾਡੀ ਜਿਹੜੀ ਪਾਚਨ ਸ਼ਕਤੀ ਹੈ ਉਹਦੀ ਕਮਜ਼ੋਰੀ ਕਰਕੇ ਜਿਹੜਾ ਖਾਣੇ ਦਾ ਹਿੱਸਾ ਘੱਟ ਪਚਿਆ ਹੋਇਆ ਹੀ ਸਾਡੇ ਸਰੀਰ 'ਚ ਚਲੇ ਜਾਂਦਾ ਵੈ ਅਤੇ ਬੋਡੀ 'ਚ ਐਬਜ਼ੋਰਬ ਹੋ ਜਾਂਦਾ ਵੈ ਅਤੇ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਵੈ, ਉਹ ਕਈ ਤਰ੍ਹਾਂ ਦੇ ਰੋਗ ਕਰਦਾ ਵੈ, ਉਹਨੂੰ ਆਮ ਕਿਹਾ ਗਿਆ ਵੈ। ਜਦੋਂ ਇਸ ਆਮ ਦੇ ਨਾਲ ਵਾਯੂ ਜੁੜ ਜਾਂਦੀ ਹੈ, ਹੁਣ ਵਾਯੂ ਕਿਉਂ ਵੱਧਦੀ ਹੈ ਜੀ? ਵਾਯੂ ਵੱਧਦੀ ਹੈ ਬਹੁਤ ਚਿੰਤਾ ਕਰਨ ਕਰਕੇ, ਸਲੀਪ ਪ੍ਰੋਪਰ ਨਾ ਲੈਣ ਕਰਕੇ, ਬਹੁਤ ਅਧਿਕ ਬੋਲਣ ਕਰਕੇ, ਬਹੁਤ ਜ਼ਿਆਦਾ ਚੱਲਣ ਕਰਕੇ, ਇਹੋ ਜਿਹੇ ਕਾਰਨਾਂ ਦੇ ਕਰਕੇ ਵਾਯੂ ਵੱਧਦੀ, ਜਿਹੜੇ ਕਿ ਅੱਜ ਦੀ ਡੇਟ 'ਚ ਮੋਸਟਲੀ ਸਾਰੇ ਕਰਦੇ ਨੇ। ਜਦੋਂ ਇਹ ਆਮ ਅਤੇ ਵਾਯੂ ਮਿਲ ਜਾਂਦੇ ਨੇ, ਜਿਹੜਾ ਰੋਗ ਹੋ ਜਾਂਦਾ ਵਾ ਉਹਨੂੰ ਕਹਿੰਦੇ ਆ ਆਮ ਵਾਤ, ਜਿਹਨੂੰ ਕਿ ਐਲੋਪੈਥੀ 'ਚ ਰਿਊਮੇਟਾਇਡ ਆਰਥਰਾਈਟਿਸ ਕਿਹਾ ਜਾਂਦਾ ਵੈ। ਆਰਥਰਾਈਟਿਸ ਤਾਂ ਕਈ ਤਰ੍ਹਾਂ ਦੇ ਨੇ, ਲੇਕਿਨ ਆਪਾਂ ਗੱਲ ਕਰਾਂਗੇ ਰਿਊਮੇਟਾਇਡ ਆਰਥਰਾਈਟਿਸ ਦੀ, ਕਿਉਂਕਿ ਜਦੋਂ ਮੈਂ ਐਤਕੀ US ਟ੍ਰਿਪ 'ਤੇ ਵੀ ਹੋ ਕੇ ਆਇਆ ਰੀਸੈਂਟਲੀ, ਤਾਂ ਮੈਂ ਦੇਖਿਆ ਉੱਥੇ ਰਿਊਮੇਟਾਇਡ ਆਰਥਰਾਈਟਿਸ ਦੇ ਪੇਸ਼ੈਂਟਸ ਬੜੇ ਨੇ। ਫਿਰ ਚਾਹੇ ਉਹ ਆਰਥਰਾਈਟਿਸ ਉਹਨਾਂ ਨੂੰ ਲਿਊਪਸ ਆਰਥਰਾਈਟਿਸ ਹੋਇਆ, ਚਾਹੇ ਪੋਲੀ ਆਰਥਰਾਈਟਿਸ ਹੋਇਆ ਵੈ, ਚਾਹੇ SLE ਹੋਇਆ ਵੈ, ਸਿਸਟੈਮਸ ਲਿਊਪਸ ਇਰੀਥੈਮੇਟੋਸਿਸ, ਕਾਰਨ ਚਾਹੇ ਕੋਈ ਵੀ ਰਿਹਾ ਹੋਏ, ਲੇਕਿਨ ਕਿਤੇ ਨਾ ਕਿਤੇ ਆਮ ਯੁਕਤ ਆਰਥਰਾਈਟਿਸ ਸਾਰਿਆਂ ਨੂੰ ਹੋਇਆ ਵਾ ਜੀ, ਜਿਹਨੂੰ ਕਿ ਆਪਾਂ ਰਿਊਮੇਟਾਇਡ ਆਰਥਰਾਈਟਿਸ ਆਮ ਵਾਤ ਕਹਿ ਸਕਦੇ ਹਾਂ। ਇਹੀ ਸਭ ਤੋਂ ਕਾਮਨ ਆਰਥਰਾਈਟਿਸ ਹੈ ਜਿਹਦਾ ਕਾਰਨ ਗਲਤ ਖਾਣ ਪਾਨ ਅਤੇ ਗਲਤ ਜੀਵਨ ਸ਼ੈਲੀ ਹੈ ਜੀ। ਬਿਲਕੁਲ ਜੀ, ਕਿਤੇ ਨਾ ਕਿਤੇ ਮੇਰੇ ਖਿਆਲ 'ਚ ਜਦੋਂ ਵੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਜਿਹੜੀਆਂ ਬਿਮਾਰੀਆਂ ਦੀ ਜੜ ਮੇਨ ਲਾਈਫ ਸਟਾਈਲ ਸਾਡਾ ਗਲਤ, ਉਹੀ ਹੋ ਜਾਂਦਾ ਹੈਗਾ ਆ। ਸੋ ਜੀ ਬਿਲਕੁਲ ਜੀ, ਪ੍ਰੋਬਲਮ ਜਿਹੜੀ ਆ ਲਾਈਫ ਸਟਾਈਲ ਚੇਂਜ ਕਰ ਲਓਗੇ, ਪ੍ਰੋਪਰ ਖਾਣਾ ਪੀਣਾ ਆਪਣਾ ਸਹੀ ਰੱਖ ਲਓਗੇ ਤਾਂ ਆਪੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ। ਬਾਕੀ ਅਰਥਰਾਈਟਿਸ 'ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਕਿਉਂ ਹੋ ਰਿਹਾ ਇਹ ਦੱਸ ਦਿੱਤਾ ਗਿਆ। ਹੁਣ ਸਰ ਇਹਦੇ ਟ੍ਰੀਟਮੈਂਟ ਦੀ ਜੇਕਰ ਗੱਲ ਕੀਤੀ ਜਾਵੇ, ਪਹਿਲਾਂ ਤਾਂ ਨੋਰਮਲੀ ਤੁਸੀਂ ਹਮੇਸ਼ਾ ਦੱਸਦੇ ਹੈਗੇ ਹੋਮ ਰੈਮਡੀਜ਼, ਮੈਂ ਫਿਰ ਤੋਂ ਸਾਡੀ ਆਡੀਅੰਸ ਦੱਸ ਦਿੰਦੀ ਹਾਂ ਜੀ, ਕਾਪੀ ਪੈਨ ਲੈ ਕੇ ਬੈਠ ਜਾਓ,
ਤੇ ਨੋਟ ਕਰ ਲਿਆ ਕਰੋ ਨਾਲ ਦੀ ਨਾਲ ਜਿਹੜੀ ਆ ਵੀ ਤੁਹਾਨੂੰ ਸੋਲੂਸ਼ਨ ਦੱਸੇ ਜਾਂਦੇ ਨੇ। ਅੱਛਾ ਸਰ, ਇਹਦਾ ਸੋਲੂਸ਼ਨ ਕੀ ਹੈਗਾ ਹੁਣ ਆਪਾਂ ਦੇਖੀਏ? ਬਿਲਕੁਲ, ਦੇਖੋ ਜੀ, ਆਪਾਂ ਆਰਥਰਾਈਟਿਸ ਦੀ ਗੱਲ ਕਰ ਰਹੇ ਹਾਂ, ਤਿੰਨ ਫੇਜ਼ਿਸ ਅੰਦਰ ਆਪਾਂ ਆਰਥਰਾਈਟਿਸ ਦਾ ਜਿਹੜਾ ਵਾ ਪ੍ਰਤੀਕਾਰ ਮੈਂ ਤੁਹਾਨੂੰ ਦੱਸਾਂਗਾ। ਇੱਕ, ਲਾਈਫ ਸਟਾਈਲ ਚੇਂਜਸ ਜਿਹੜੇ ਤੁਸੀਂ ਆਪਣੀ ਜੀਵਨ ਸ਼ੈਲੀ 'ਚ ਚੇਂਜ ਕਰਨੇ ਹੈ। ਦੂਜਾ, ਕਿਚਨ ਰੈਮੇਡੀਜ਼, ਤੁਸੀਂ ਕਿਚਨ ਦੇ ਅੰਦਰ ਕਿਹੜੀ ਕਿਹੜੀ ਚੀਜ਼ਾਂ ਲੈ ਸਕਦੇ ਹੋ ਜਿਹੜੀ ਕਿ ਇਹਦੇ ਵਾਸਤੇ ਬਹੁਤ ਅੱਛੀਆਂ ਨੇ। ਥਰਡ ਐਂਡ ਫਾਈਨਲ, ਅਗਰ ਬਹੁਤ ਐਕਸਟ੍ਰੀਮ ਕੇਸ 'ਚ ਚਲੇ ਗਏ ਹਾਂ ਤਾਂ ਟ੍ਰੀਟਮੈਂਟਸ ਕੀ ਕਰਵਾ ਸਕਦੇ ਹਾਂ। ਸਭ ਤੋਂ ਪਹਿਲੇ ਆਪਾਂ ਲਾਈਫ ਸਟਾਈਲ ਚੇਂਜਸ ਦੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਵੀ ਆਰਥਰਾਈਟਿਸ ਹੋ ਗਿਆ ਹੋਇਆ ਤਾਂ ਸਭ ਤੋਂ ਪਹਿਲਾਂ ਲਾਈਫ ਸਟਾਈਲ ਚੇਂਜ ਹੈ ਜੀ, ਗਰਮ ਪਾਣੀ। ਗਰਮ ਪਾਣੀ ਅੰਮ੍ਰਿਤ ਦੇ ਸਮਾਨ ਲਾਭਕਾਰੀ ਹੈ ਜੀ। ਮੈਂ ਪਿੱਛੇ ਜਦੋਂ US ਤੋਂ ਟਰੈਵਲ ਕਰ ਰਿਹਾ ਸੀ ਅਤੇ ਕੋਇੰਸੀਡੈਂਟਲੀ ਮੇਰੀ ਫਲਾਈਟ ਜਿਹੜੀ ਹੈ ਉਹ ਚਾਈਨਾ ਲੈਂਡ ਕੀਤੀ ਅਤੇ ਉੱਥੇ ਸਟੋਪੇਜ ਸੀ ਮੇਰੀ ਫਲਾਈਟ ਦਾ 3-4 hours ਦਾ। ਔਰ ਮੈਂ ਉੱਥੇ ਦੇਖਿਆ ਕਿ ਜਿਹੜਾ ਪਾਣੀ ਹੈ, ਜਿਹੜੀ ਵਾਟਰ ਵੈਂਡਿੰਗ ਮਸ਼ੀਨ ਸੀ, ਉਹਦੇ 'ਚ 2 ਤਰ੍ਹਾਂ ਦਾ ਪਾਣੀ ਆ ਰਿਹਾ ਸੀ, ਵਾਰਮ ਅਤੇ ਹੌਟ। ਕੋਲਡ ਪਾਣੀ ਸੀ ਹੀ ਨਹੀਂ, ਉਹ ਲੋਕ ਠੰਡਾ ਪਾਣੀ ਪੀਂਦੇ ਹੀ ਨਹੀਂ ਹੈ, ਜਾਂ ਕੋਸਾ ਪੀਂਦੇ ਨੇ ਜਾਂ ਗਰਮ ਪੀਂਦੇ ਨੇ। ਮੈਨੂੰ ਬੜਾ ਅੱਛਾ ਲੱਗਿਆ ਕਿ ਵੀ ਸਾਡੇ ਆਯੁਰਵੇਦ ਦੀ ਕਲਚਰ ਦੇਖੋ ਲੋਕ ਫੋਲੋ ਕਰ ਰਹੇ ਨੇ ਅਤੇ ਕਿੰਨੇ ਹੈਲਦੀ ਵੀ ਰਹਿ ਰਹੇ ਨੇ। ਆਪਾਂ ਲੋਕ ਠੰਡਾ ਪਾਣੀ ਪੀ ਰਹੇ ਹਾਂ। ਅਗਰ ਤੁਸੀਂ ਆਰਥਰਾਈਟਿਸ ਦੇ ਪੇਸ਼ੈਂਟ ਹੋ, ਠੰਡੇ ਪਾਣੀ ਨੂੰ ਬਿਲਕੁਲ ਬੰਦ ਕਰ ਦਿਉ। ਜਿੰਨਾ ਗਰਮ ਪਾਣੀ ਲਓਗੇ, ਜਿੰਨਾ ਕੋਸਾ ਪਾਣੀ ਲਓਗੇ, ਬਾਰ ਬਾਰ ਲਓਗੇ, ਤੁਹਾਡੇ ਵਾਸਤੇ ਇੱਕ ਨੈਚੁਰਲ ਦਵਾਈ ਹੈ ਜੀ। ਜਿਹੜਾ ਆਰਥਰਾਈਟਿਸ ਦਾ ਪੇਸ਼ੈਂਟ ਹੈ ਉਹਨੂੰ ਸਭ ਤੋਂ ਜ਼ਿਆਦਾ ਚੀਜ਼ ਤੰਗ ਕਰ ਰਹੀ ਹੁੰਦੀ ਹੈ ਸਰੀਰ ਦੀ ਜਕੜਾਹਟ। ਜਦੋਂ ਬੰਦਾ ਰਾਤੀ ਸੋ ਕੇ ਉੱਠਦਾ ਵੈ, ਦਰਦ ਨਾਲੋਂ ਵੱਧ ਉਹਨੂੰ ਜਕੜਾਹਟ ਤੰਗ ਕਰ ਰਹੀ ਹੁੰਦੀ ਹੈ, ਅਤੇ ਜਦੋਂ ਗਰਮ ਪਾਣੀ ਬਾਰ ਬਾਰ ਪੀਤਾ ਜਾਂਦਾ ਵੈ, ਉਸ ਜਕੜਾਹਟ ਨੂੰ ਉਹ ਦੂਰ ਕਰ ਦਿੰਦਾ ਵੈ। ਇਸ ਕਰਕੇ ਨੰਬਰ 1 ਲਾਈਫ ਸਟਾਈਲ ਚੇਂਜ ਕੀ ਆਰਥਰਾਈਟਿਸ ਪੇਸ਼ੈਂਟ ਵਾਸਤੇ? ਗਰਮ ਪਾਣੀ। ਨੰਬਰ 2, ਯੋਗਾ 'ਚ ਕਪਾਲ ਭਾਤੀ। ਕਪਾਲ ਭਾਤੀ ਇੱਕ ਐਸੀ ਪ੍ਰਕਿਰਿਆ ਵੈ ਜਿਹੜੀ ਕਿ ਸਰੀਰ 'ਚ ਆਮ ਨੂੰ ਖਤਮ ਕਰਦੀ ਹੈ। ਇਸ ਕਰਕੇ ਕਪਾਲ ਭਾਤੀ ਜ਼ਰੂਰ ਕਰਨੀ ਹੈ, ਤਕਰੀਬਨ 10 ਮਿੰਟ ਸਵੇਰੇ ਅਤੇ 10 ਮਿੰਟ ਜਿਹੜੀ ਹੈ ਉਹ ਸ਼ਾਮੀ। ਤੀਸਰੀ ਚੀਜ਼ ਜਿਹੜੀ ਲਾਈਫ ਸਟਾਈਲ 'ਚ ਚੇਂਜ ਕਰਨੀ ਹੈ ਉਹ ਹੈ ਭੁੱਖ ਨਾਲੋਂ 25% ਘੱਟ ਖਾਣਾ। ਜੇ ਤੁਹਾਨੂੰ 4 ਰੋਟੀਆਂ ਦੀ ਭੁੱਖ ਹੈ ਤਾਂ ਤੁਸੀਂ ਖਾਣੀਆਂ ਨੇ ਜੀ 3-3.5, 4 ਰੋਟੀਆਂ ਪੂਰੀ ਨਹੀਂ ਖਾਣੀਆਂ, ਘੱਟ ਖਾਣੀ ਹੈ ਆਪਣੀ ਭੁੱਖ ਦੇ ਨਾਲੋਂ। ਸਬਜ਼ੀਆਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਜੀ, ਮਾਂਹ, ਰਾਜਮਾਂਹ, ਭਿੰਡੀ, ਅਰਬੀ, ਕੁਛ ਹੱਦ ਤੱਕ ਆਲੂ, ਬਹੁਤ ਜ਼ਿਆਦਾ ਨਹੀਂ ਖਾਣੇ। ਇਹ ਸਬਜ਼ੀਆਂ ਅਵੋਇਡ ਕਰੋ ਔਰ ਕੋਸ਼ਿਸ਼ ਕਰੋ ਖਾਣਾ ਤਾਜ਼ਾ ਖਾਓ। ਇਹ ਨਾ ਹੋਏ ਕਿ ਤੁਸੀਂ ਇੱਕ ਸਬਜ਼ੀ ਬਣਾਈ ਹੈ ਅਤੇ ਤੁਸੀਂ ਫਰਿੱਜ 'ਚ ਰੱਖ ਕੇ ਉਹਨੂੰ ਬਾਰ ਬਾਰ ਗਰਮ ਕਰਕੇ ਖਾਓ। ਜਦੋਂ ਆਪਾਂ ਸਬਜ਼ੀ ਨੂੰ ਬਾਰ ਬਾਰ ਗਰਮ ਕਰਕੇ ਖਾਂਦੇ ਹਾਂ ਉਨਾ ਹੀ ਉਹਦੇ 'ਚ ਵਾਈ ਵੱਧਦੀ ਚਲੀ ਜਾਂਦੀ ਹੈ ਅਤੇ ਉਹ ਬੜੀ ਹੀ ਨੁਕਸਾਨਦਾਇਕ ਹੋ ਜਾਂਦੀ ਹੈ, ਖਾਸ ਤੌਰ 'ਤੇ ਇੱਕ ਆਰਥਰਾਈਟਿਸ ਪੇਸ਼ੈਂਟ ਵਾਸਤੇ। ਅਤੇ ਇਹ ਸੀ ਜੀ ਕੋਮਨ ਲਾਈਫ ਸਟਾਈਲ ਚੇਂਜਿਸ ਜਿਹੜੇ ਕਿ ਆਪਾਂ ਕਰਨੇ ਨੇ। ਇਸ ਤੋਂ ਬਾਅਦ ਅਗਲੀ ਚੀਜ਼ 'ਤੇ ਆਪਾਂ ਆ ਜਾਵਾਂਗੇ, ਹਰਬਸ। ਉਹ ਜੜੀ ਬੂਟੀਆਂ ਜਿਹੜੀ ਬੜੀ ਆਰਾਮ ਨਾਲ ਸਾਡੀ ਕਿਚਨ ਦੇ ਸ਼ੈਲਫਸ 'ਤੇ ਪਈਆਂ ਨੇ, ਆਰਥਰਾਈਟਿਸ ਦਾ ਬੜਾ ਵਧੀਆ ਇਲਾਜ ਨੇ, ਲੇਕਿਨ ਆਪਾਂ ਬੋਦਰ ਹੀ ਨਹੀਂ ਕਰਦੇ ਉਹਨਾਂ ਨੂੰ ਯੂਜ਼ ਕਰਨਾ। ਉਹਨਾਂ ਹਰਬਸ 'ਚ ਬੜੀਆਂ ਕੋਮਨ ਹਰਬਸ ਨੇ, ਜਦੋਂ ਮੈਂ ਦੱਸਾਂਗਾ ਤਾਂ ਤੁਹਾਨੂੰ ਲੱਗੇਗਾ ਤਾਂ ਰੋਜ਼ ਹੀ ਸਾਹਮਣੇ ਪਈਆਂ ਹੁੰਦੀਆਂ ਨੇ, ਬਟ ਇੱਕ ਫੈਕਟ ਹੈ, ਅਗਰ ਤੁਸੀਂ ਇਹਨਾਂ ਹਰਬਸ ਨੂੰ ਪ੍ਰੋਪਰ ਤਰੀਕੇ ਨਾਲ ਲਓਗੇ ਤੁਹਾਨੂੰ ਬਹੁਤ ਫਾਇਦਾ ਕਰਨਗੀਆਂ ਜੀ ਆਰਥਰਾਈਟਿਸ 'ਚ। ਇਹਦੇ 'ਚ ਸਭ ਤੋਂ ਪਹਿਲੀ ਹਰਬ ਆ ਜਾਂਦੀ ਹੈ ਜੀ ਅਜਵਾਇਨ, ਜਵੈਨ ਜਿਹਨੂੰ ਆਪਾਂ ਕਹਿੰਦੇ ਹਾਂ। ਆਪਾਂ ਲੋਕ ਜਵੈਨ ਕਿਚਨ 'ਚ ਰੱਖਦੇ ਜ਼ਰੂਰ ਹਾਂ, ਲੇਕਿਨ ਖਾਂਦੇ ਕਦੋਂ ਹਾਂ? ਜਦੋਂ ਕਦੀ ਵੀ ਸਾਡੇ ਪੇਟ 'ਚ ਦਰਦ ਹੋਏ ਉਦੋਂ ਕਹਿ ਦਿੱਤਾ ਜਾਂਦਾ ਵੈ ਕਿ ਵੀ ਗਰਮ ਪਾਣੀ ਦੇ ਨਾਲ ਤੁਸੀਂ ਅਜਵਾਇਨ ਖਾ ਲਓ, ਜੇ ਦਰਦ ਹੋਏਗੀ ਤਦ ਗਾਈਡ ਕੀਤਾ ਜਾਂਦਾ ਕਿ ਗਰਮ ਪਾਣੀ ਲਓ ਉਹਦੇ ਨਾਲ ਅਜਵਾਇਨ ਖਾਓ, ਵਰਨਾ ਅਜਵਾਇਨ ਜਿਹੜੀ ਵਿਚਾਰੀ ਕਿਚਨ ਦੀ ਸ਼ੈਲਫ ਤੇ ਪਈ ਰਹਿੰਦੀ ਹੈ, ਪਈ ਰਹਿੰਦੀ ਹੈ। ਜਦਕਿ ਜਿਹੜੀ ਅਜਵਾਇਨ ਹੈ ਉਹ ਬਹੁਤ ਹੀ ਵਧੀਆ ਵਾ ਜੀ ਆਰਥਰਾਈਟਿਸ ਦੇ ਪੇਸ਼ੈਂਟ ਵਾਸਤੇ। ਇਸ ਕਰਕੇ ਅਜਵਾਇਨ, ਅਗਰ ਆਰਥਰਾਈਟਿਸ ਹੈ ਤੁਸੀਂ ਯੂਜ਼ ਕਰਨੀ ਸ਼ੁਰੂ ਕਰੋ। ਅਜਵਾਇਨ ਤੋਂ ਬਾਅਦ ਜਿਹੜੀ ਦੂਜੀ ਹਰਬ ਅੱਛੀ ਆ ਜਾਂਦੀ ਹੈ ਜੀ ਉਹ ਆ ਜਾਂਦੀ ਹੈ ਸੌਂਠ, ਜਿਹਨੂੰ ਆਪਾਂ ਸੁੰਡ ਕਹਿੰਦੇ ਹਾਂ। ਸੁੰਡ ਵੀ ਸਾਡੀ ਕਿਚਨ ਦੇ ਅੰਦਰ ਮੋਸਟਲੀ ਪਾਈ ਜਾਂਦੀ ਹੈ, ਆਪਾਂ ਸਬਜ਼ੀਆਂ 'ਚ ਥੋੜ੍ਹੀ ਪਾਉਂਦੇ ਹਾਂ, ਅਦਰਵਾਈਜ਼ ਰੂਟੀਨ 'ਚ ਯੂਜ਼ ਨਹੀਂ ਕਰਦੇ। ਇਹਦਾ ਮਤਲਬ ਹੈ ਮੇਜਰ 2 ਐਸੀਆਂ ਜੜੀ ਬੂਟੀਆਂ ਜਿਹੜੀਆਂ ਵਿਚਾਰੀਆਂ ਇੰਜ ਹੀ ਪਈਆਂ ਨੇ ਕਿਚਨ ਦੇ ਅੰਦਰ, ਅਜਵੈਨ ਅਤੇ ਸੁੰਡ, ਉਹਨਾਂ ਦੋਨਾਂ ਦਾ ਯੂਜ਼ ਆਪਾਂ ਵਧਾਉਣਾ ਵੈ। ਤੀਜੀ ਹਰਬ ਜਿਹੜੀ ਆ ਜਾਂਦੀ ਹੈ ਉਹ ਹੈ ਜੀ ਮਗਾਂ। ਮਗਾਂ ਜਿਹਨੂੰ ਕਿ ਪਾਈਪਰ ਲੌਂਗਮ ਕਿਹਾ ਗਿਆ ਵੈ, ਜਿਹੜੀ ਕਿ ਪਿਪਲੀ ਕਿਹਾ ਜਾਂਦਾ ਜਿਹਨੂੰ ਆਯੁਰਵੇਦ ਦੇ ਅੰਦਰ। ਮਗਾਂ ਮੈਂ ਦੇਖਿਆ ਸੀ US 'ਚ ਵੀ ਅਵੇਲੇਬਲ ਸੀ, ਸਾਡੇ ਕੇਸ ਦੇ ਅੰਦਰ ਆਪਾਂ ਮਗਾਂ ਅਚਾਰਾਂ 'ਚ ਪਾਉਂਦੇ ਹੁੰਦੇ ਸੀ ਪਹਿਲੇ, ਜਦਕਿ ਮਗਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਚੀਜ਼ ਹੈ ਆਰਥਰਾਈਟਿਸ ਪੇਸ਼ੈਂਟ ਵਾਸਤੇ। ਕੋਸ਼ਿਸ਼ ਕਰੋ ਮਗਾਂ ਦਾ ਪਾਊਡਰ ਵੀ ਜਿਹੜਾ ਵੈ ਉਹਨੂੰ ਇਸਤੇਮਾਲ ਕਰੋ। ਅਗਲੀ ਚੀਜ਼ ਆ ਜਾਂਦੀ ਹੈ ਜੀ ਮੇਥਰੇ। ਮੇਥੀ ਦੇ ਬੀਜ ਅਲੱਗ ਨੇ ਜੀ ਅਤੇ ਮੇਥਰੇ ਅਲੱਗ ਨੇ।
हालांकि मेथी के बीज भी आर्थराइटिस पेशेंट वास्ते चंगे ने, लेकिन जिहड़ी चीज़ बहुत ही ज़्यादा चंगी है वो मेथी के बीज नहीं, वो मेथरे ने। आपां मेथरे का यूजेज जिहड़ा वै वो वधाना वै, बहुत फायदा करेगा। यह चीज़ा ने जिहड़ियां किचन च ही अवेलेबल ने, खानियां किस चीज़ के नाल ने, गर्म पानी के नाल। इस तो इलावा मान लो तुहानूं लगता जी आर्थराइटिस जिहड़ा मेरा वो बहुत वध गया वै, हुण बहुत तंग करन लग पिया वै, फिर आपां इहनां किचन हर्ब्स के नाल, मैं कुछ कॉमन हर्ब्स के नाम दसन जा रहा वा, वो भी इस्तेमाल कर सकते हैं। जिद पहली हर्ब आ जाती है रासना। रासना का बोटैनिकल नेम है प्लूसिया लेंसियोलेटा। अवेलेबल है जी रासना के कैप्सूल्स अवेलेबल होंगे ने, रासना का पाउडर अवेलेबल हों, तुसी रासना जी है वो इस्तेमाल कर सकते हो, अच्छा काम करती है आर्थराइटिस के अंदर। रासना तो इलावा एक होर हर्ब है जी कि मैं देखिया वो कैप्सूल्स भी अवेलेबल से यूएस, वो है शलकी। शलकी जी है ईजली अवेलेबल है, जॉइंट्स नू सर्कुलेशन जी वधा देंदी है, तुसी शलकी का इस्तेमाल कर सकते हो। अगली हर्ब आ जाती है मिठिया सुरंजा। मिठिया सुरंजा जड़िया ने उदा पाउडर इस्तेमाल किया जा सकता वै, वो पेन नू खत्म करती है। अगर आर्थराइटिस से तुहानू पेन बहुत ज़्यादा हो रहा वै, तुसी मिठिया सुरंजा इस्तेमाल करो, तुहाडा दर्द घटेगा। यह वो कॉमन चीज़ा ने जिहड़ियां जे तुसी यूज़ करते हो, ਮੈਨੂੰ ਲੱਗਦਾ ਆਰਥਰਾਈਟਿਸ ਦੇ ਪੇਸ਼ੈਂਟਸ ਨੂੰ ਬਹੁਤ ਫਾਇਦਾ ਮਿਲ ਸਕਦਾ ਜੀ। ਜੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਜੇਕਰ ਰੂਟੀਨ ਦੇ। ਅੱਛਾ ਸਰ, ਇੱਕ ਸਵਾਲ, ਜਿਵੇਂ ਹੁਣ ਤੁਸੀਂ ਅਜਵਾਇਣ ਦੀ ਗੱਲ ਕੀਤੀ, ਸੁੰਢ ਦੀ ਗੱਲ ਕੀਤੀ, ਕਿਤੇ ਨਾ ਕਿਤੇ ਇਹ ਡਰ ਹੋ ਜਾਂਦਾ ਕਿ ਬਹੁਤ ਗਰਮ ਹੋ ਜਾਂਦੀਆਂ ਨੇ ਬਾਡੀ ਲਈ, ਸੋ ਇਹਨਾਂ ਨੂੰ ਯੂਜ਼ ਕਰ ਸਕਦੇ ਅਸੀਂ? ਦੇਖੋ, ਜਿਨ੍ਹਾਂ ਦੀ ਪ੍ਰਕਿਰਤੀ ਪਿੱਤ 'ਚ ਪ੍ਰਕਿਰਤੀ ਹੈ, ਜਿਨ੍ਹਾਂ ਦਾ ਗਰਮੀ ਖੋਰਾ ਸਰੀਰ ਹੈ, ਤੁਸੀਂ ਬਿਲਕੁਲ ਸਹੀ ਕਿਹਾ ਵਾ ਕਿ ਕੁਛ ਲੋਕਾਂ ਦਾ ਸਰੀਰ ਗਰਮੀ ਖੋਰਾ ਸਰੀਰ ਹੁੰਦਾ ਵਾ, ਉਹਨਾਂ ਨੂੰ ਚੀਜ਼ਾਂ ਗਰਮੀ ਜਲਦੀ ਕਰ ਦਿੰਦੀਆਂ ਨੇ। ਅਗਰ ਤੁਹਾਡਾ ਸਰੀਰ ਗਰਮੀ ਖੋਰਾ ਵੈ ਤਾਂ ਤੁਹਾਨੂੰ ਲੱਗਦਾ ਵੈ ਨਹੀਂ ਸੁੰਡ ਅਜਵਾਇਣ ਮਨ ਗਰਮੀ ਕਰ ਸਕਦੀਆਂ, ਤੁਸੀਂ ਇਹਨਾਂ ਨੂੰ ਬੈਲੈਂਸ ਕਰ ਸਕਦੇ ਹੋ ਜੀਰਾ ਅਤੇ ਸੁੱਕਾ ਧਨੀਆ ਵਿੱਚ ਪਾ ਕੇ। ਤੁਸੀਂ ਜੀਰਾ ਵੀ ਕਿਚਨ 'ਚ ਹੀ ਪਿਆ ਵੈ, ਸੁੱਕਾ ਧਨੀਆ ਵੀ ਕਿਚਨ 'ਚ ਹੀ ਪਿਆ। ਦੇਖੋ, ਸਾਡਾ ਪੁਰਾਣੇ ਜ਼ਮਾਨੇ 'ਚ ਸਾਡੇ ਜਿਹੜੇ ਦਾਦੀਆਂ ਨਾਨੀਆਂ ਕਿੰਨੀਆਂ ਸਮਝਦਾਰ ਸੀ ਕਿ ਜੇ ਉਹਨਾਂ ਨੇ ਕੁਛ ਜੜੀ ਬੂਟੀਆਂ ਗਰਮੀ ਕਰਨ ਲਈ ਰੱਖੀਆਂ ਨੇ ਅਤੇ ਕੁਛ ਜੜੀ ਬੂਟੀਆਂ ਉਹ ਰੱਖ ਦਿੰਦੇ ਸੀ ਜਿਹੜੀਆਂ ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਹੁੰਦੀਆਂ ਨੇ। ਇਸ ਕਰਕੇ ਆਪਾਂ ਵਿੱਚ ਪਾ ਸਕਦੇ ਹਾਂ ਜੀ ਧਨੀਆ ਸੁੱਕਾ ਹੋਇਆ, ਅਤੇ ਜਿਹੜੀ ਦੂਜੀ ਚੀਜ਼ ਆਪਾਂ ਪਾ ਸਕਦੇ ਹਾਂ ਉਹ ਆਪਾਂ ਪਾ ਸਕਦੇ ਹਾਂ ਵਿੱਚ ਜੀਰਾ। ਜੀਰਾ ਔਰ ਸੁੱਕਾ ਧਨੀਆ ਇਹਨਾਂ ਚੀਜ਼ਾਂ ਦੀ ਗਰਮੀ ਨੂੰ ਖਤਮ ਕਰ ਦੇਣਗੀਆਂ ਅਤੇ ਤੁਹਾਨੂੰ ਇਹ ਕਦੀ ਨੁਕਸਾਨ ਨਹੀਂ ਕਰਨਗੀਆਂ, ਪਲੱਸ ਉਹ ਦੋਨੋਂ ਹੀ ਚੀਜ਼ਾਂ ਜੋੜਾਂ ਦੇ ਦਰਦ 'ਚ ਵੀ ਤੁਹਾਨੂੰ ਨੁਕਸਾਨ ਨਹੀਂ ਕਰਨਗੀਆਂ। ਬਿਲਕੁਲ ਜੀ, ਸੋ ਬੈਲੈਂਸ ਕਰਕੇ ਚੱਲ। ਬਿਲਕੁਲ ਜੀ, ਸੋ ਇਹਨਾਂ ਸਭ ਦੀ ਜਾਣਕਾਰੀ ਵੀ ਤੁਹਾਡੇ ਯੂਟਿਊਬ ਚੈਨਲ ਤੋਂ ਮਿਲ ਸਕਦੀ ਹੈ? ਬਿਲਕੁਲ ਜੀ, ਇਹਨਾਂ ਦੀ ਜਾਣਕਾਰੀ ਯੂਟਿਊਬ ਚੈਨਲ 'ਤੇ, ਨਾਲ ਮੇਰੀ ਇੱਕ ਕੋਸ਼ਿਸ਼ ਰਹਿੰਦੀ ਹੈ ਜੀ ਮੇਰੇ ਯੂਟਿਊਬ ਚੈਨਲ ਦੇ ਮਾਧਿਅਮ ਤੋਂ ਕਿ ਸਹੀ ਹਰਬ ਦੀ ਪਛਾਣ ਕੀ ਹੈ ਉਹ ਜ਼ਰੂਰ ਦੱਸਿਆ ਜਾਏ। ਦੇਖੋ, ਹਰਬ ਦੀ ਨਾ ਇੱਕ ਸ਼ੈਲਫ ਲਾਈਫ ਹੁੰਦੀ ਹੈ। ਮੈਂ ਜਦੋਂ ਐਤਕੀ ਯੂਐਸ 'ਚ ਗਿਆ, ਮੈਨੂੰ ਮੌਕਾ ਮਿਲਿਆ ਉੱਥੇ ਇੱਕ ਡਿਪਾਰਟਮੈਂਟਲ ਸਟੋਰ 'ਤੇ ਜਾਣ 'ਤੇ, ਸਾਰੀਆਂ ਹਰਬਸ ਅਵੇਲੇਬਲ ਸੀ, ਕਾਫੀ ਅੱਛਾ ਲੱਗਾ ਮੈਨੂੰ। ਬਟ ਜਿਹੜੀ ਚੀਜ਼ ਮੈਂ ਉੱਥੇ ਕਮੀ ਦੇਖੀ ਕਿ ਦੇਖੀ ਕੋਈ ਹਰਬ 1.5 ਸਾਲ ਪੁਰਾਣੀ ਸੀ, ਕੋਈ 2 ਸਾਲ ਪੁਰਾਣੀ ਸੀ, ਹੁਣ ਐਕਸਪਾਇਰੀ 'ਤੇ ਉਹਨਾਂ 'ਤੇ 3 ਸਾਲ ਦੀ ਲਿਖੀ ਹੋਈ ਸੀ, ਲੇਕਿਨ ਐਕਚੁਅਲ 'ਚ ਹਰਬ ਜਿੰਨੀ ਫਰੈਸ਼ ਉਨਾ ਚੰਗਾ ਕੰਮ ਕਰੇਗੀ। ਆਪਾਂ ਕਈ ਵਾਰੀ ਆਯੁਰਵੇਦ 'ਚ ਸੁਣ ਲੈਂਦੇ ਹਾਂ ਕਿ ਜਿੰਨੀ ਪੁਰਾਣੀ ਦਵਾਈ ਉਨੀ ਚੰਗੀ, ਉਹ ਦਵਾਈਆਂ ਵਾਸਤੇ ਤਾਂ ਠੀਕ ਹੈ, ਹਰਬਸ ਵਾਸਤੇ ਨਹੀਂ। ਹਰਬਸ ਜਿੰਨੀਆਂ ਤੁਹਾਨੂੰ ਫਰੈਸ਼ ਮਿਲ ਸਕਣ ਉਨਾ ਹੀ ਵਧੀਆ ਕੰਮ ਕਰਨਗੀਆਂ। ਮੇਰੇ ਯੂਟਿਊਬ ਚੈਨਲ 'ਤੇ ਇਹੋ ਜਿਹੀਆਂ ਚੀਜ਼ਾਂ ਦੀ ਮੈਂ ਜਾਣਕਾਰੀ ਦੇ ਰੱਖੀ ਹੈ ਤਾਂ ਕਿ ਤੁਸੀਂ ਇੱਕ ਅੱਛੀ ਹਰਬ ਚੂਜ਼ ਕਰ ਸਕੋ। ਸੋ ਜਾਣੀ ਕਿ ਇੱਕ ਪ੍ਰੋਪਰ ਹਰ ਚੀਜ਼ ਦੀ ਜਿਹੜੀ ਜਾਣਕਾਰੀ ਹੈ ਯੂਟਿਊਬ ਚੈਨਲ ਤੋਂ ਮਿਲ ਸਕਦੀ ਹੈ। ਅੱਛਾ ਸਰ, ਐਂਟੀਕੇਅਰ ਐਪ 'ਤੇ ਰਿਪੋਰਟਸ ਭੇਜ ਸਕਦੇ ਨੇ, ਹੋਰ ਕੀ ਇਨਫੋਰਮੇਸ਼ਨ ਮਿਲੇਗੀ? ਦੇਖੋ ਜੀ, ਐਪ ਦੇ ਰਾਹੀਂ ਰਿਪੋਰਟਸ ਭੇਜ ਸਕਦੇ ਨੇ, ਡਾਇਰੈਕਟ ਸਾਡੇ ਡਾਕਟਰਸ ਦੇ ਨਾਲ ਤੁਸੀਂ ਚੈਟ ਕਰ ਸਕਦੇ ਹੋ, ਸਾਡੇ ਡਾਕਟਰਸ 24 ਆਵਰਸ ਲਾਈਵ ਹੁੰਦੇ ਨੇ ਜੀ ਉਹਦੇ ਉੱਪਰ। ਤੁਸੀਂ ਆਪਣੀ ਪ੍ਰੋਬਲਮਸ ਡਾਇਰੈਕਟ ਭੇਜ ਸਕਦੇ ਹੋ। ਤੁਹਾਨੂੰ ਲੱਗਦਾ ਵੈ ਕੋਈ ਸਪਲੀਮੈਂਟ, ਕੋਈ ਹਰਬ ਐਸੀ ਹੈ ਜਿਹੜੀ ਤੁਹਾਨੂੰ ਯੂਐਸ 'ਚ ਅਵੇਲੇਬਲ ਨਹੀਂ ਹੋ ਪਾ ਰਹੀ, ਤੁਸੀਂ ਸਾਡੇ ਕੋਲੋਂ ਚਾਹੁੰਦੇ ਹੋ, ਉਹ ਵੀ ਉਸ ਐਪ ਦੇ ਰਾਹੀਂ ਜਿਹੜੀ ਹੈ ਤੁਹਾਨੂੰ ਮਿਲ ਸਕਦੀ ਹੈ ਜੀ। ਓਕੇ, ਸੋ ਇੱਕ ਬਹੁਤ ਵਧੀਆ ਜੀ, ਕਿਉਂਕਿ ਸ਼ੋਅ ਦੇ ਵਿੱਚ ਤਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹੀ ਹਾਂ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ 6:40 PM 'ਤੇ ਸਾਡਾ ਸ਼ੋਅ ਜਿਹੜਾ ਉਹ ਆਇਆ ਕਰੇਗਾ ਤੁਹਾਡੀ ਰਿਕੁਐਸਟ 'ਤੇ, ਕਿਉਂਕਿ ਕਿਤੇ ਨਾ ਕਿਤੇ ਵਿਊਅਰਸ ਨੂੰ ਸੀਗਾ ਮੋਰਨਿੰਗ ਟਾਈਮ ਦਾ ਇਸ਼ੂ ਆ ਰਿਹਾ ਸੀ, ਸੋ ਬਹੁਤ ਸਾਰੇ ਮੈਸੇਜਸ ਕਾਲ ਤੋਂ ਬਾਅਦ ਹੁਣ ਅਸੀਂ ਟਾਈਮ ਥੋੜ੍ਹਾ ਜਿਹਾ ਚੇਂਜ ਕੀਤਾ, 6:40 PM EST 'ਤੇ ਤੁਸੀਂ ਇਹ ਸ਼ੋਅ ਦੇਖ ਸਕਦੇ ਹੋ। ਐਂਟੀਕੇਅਰ ਐਪ ਡਾਊਨਲੋਡ ਕਰਨੀ ਹੈ, ਡਾਕਟਰ ਨਵਦੀਪ ਸ਼ਰਮਾ ਜੀ ਦੇ ਯੂਟਿਊਬ ਚੈਨਲ 'ਤੇ ਜਾਣਾ ਹੈਗਾ ਆ, ਉਹਨੂੰ ਸਬਸਕ੍ਰਾਈਬ ਕਰਨਾ, ਬਹੁਤ ਜਾਣਕਾਰੀ ਜਿਹੜੀ ਤੁਹਾਨੂੰ ਉੱਥੋਂ ਮਿਲਣ ਵਾਲੀ ਹੈ। ਬਾਕੀ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਇਹਨਾਂ ਨੂੰ ਤਾਂ ਨੋਟ ਕਰਕੇ ਪਰਮਾਨੈਂਟ ਆਪਣੇ ਕੋਲ ਰੱਖ ਲਓ ਤੁਸੀਂ ਜੀ, ਚਾਹੇ ਦਵਾਈ ਮੰਗਵਾਉਣੀ ਹੈ, ਆਪਣੀ ਪ੍ਰੋਬਲਮ ਡਿਸਕਸ ਕਰਨੀ। ਈਵਨ USA ਦੇ ਵਿੱਚ ਸੈਂਟਰਸ ਨੇ, ਨਿਊਯਾਰਕ ਦੇ ਵਿੱਚ ਹੈ, ਕੈਲੀਫੋਰਨੀਆ ਦੇ ਵਿੱਚ ਹੈਗਾ ਆ, ਸ਼ੇਟਲ ਦੇ ਵਿੱਚ, ਬਹੁਤ ਜਗ੍ਹਾ 'ਤੇ ਜਿਹੜੇ ਸੈਂਟਰਸ ਹੈਗੇ ਨੇ, ਇਹਨਾਂ ਸੈਂਟਰਸ ਦੇ ਵਿੱਚ ਵਿਜ਼ਿਟ ਵੀ ਕਰ ਸਕਦੇ ਤੁਸੀਂ। ਪ੍ਰੋਪਰ ਇੱਕ ਐਕਸਪੀਰੀਅੰਸ ਟੀਮ ਜਿਹੜੀ ਉੱਥੇ ਮੌਜੂਦ ਹੁੰਦੀ ਹੈ,
ਉਹਨਾਂ ਦੇ ਲਈ ਵੀ ਐਡਰੈਸ ਲੈਣ ਦੇ ਲਈ ਪ੍ਰੋਪਰ ਜਿਹੜਾ ਇਹਨਾਂ ਨੰਬਰ 'ਤੇ ਹੀ ਤੁਸੀਂ ਕਾਲ ਕਰ ਸਕਦੇ ਆ। ਅੱਛਾ, ਹੁਣ ਸਾਡੀ ਜੀ ਅਰਥਰਾਈਟਿਸ ਨੂੰ ਲੈ ਕੇ ਅਸੀਂ ਗੱਲਬਾਤ ਕਰ ਰਹੇ ਸੀ, ਆਈ ਹੋਪ ਕਿ ਤੁਸੀਂ ਨੋਟ ਕਰ ਲਿਆ ਹੋਵੇਗਾ, ਛੋਟੀਆਂ ਛੋਟੀਆਂ ਹਰਬਸ ਦੱਸੀਆਂ ਨੇ, ਛੋਟੇ ਛੋਟੇ ਸਲਿਊਸ਼ਨ ਜਿਹੜੇ ਨੇ ਘਰ ਬੈਠੇ ਅਸੀਂ ਕਰ ਸਕਦੇ ਹਾਂ, ਉਹ ਡਾਕਟਰ ਨਵਦੀਪ ਸ਼ਰਮਾ ਜੀ ਨੇ ਸਾਨੂੰ ਦੱਸੇ ਨੇ। ਅੱਛਾ ਸਰ, ਹੁਣ ਜਿਵੇਂ ਤੁਸੀਂ ਦੱਸਿਆ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਚਲੋ ਠੀਕ ਹੈ ਕੋਈ ਘਰ ਹੈਗਾ ਠੀਕ ਹੈ, ਪਰ ਅੱਜ ਕੱਲ੍ਹ ਅਸੀਂ ਦੇਖਦੇ ਕਿ ਲਾਈਫ ਸਟਾਈਲ ਇੰਨਾ ਬਿਜ਼ੀ ਹੈਗਾ ਕਿ ਟਾਈਮ ਹੀ ਨਹੀਂ ਹੁੰਦਾ ਹੈ ਨਾ, ਅਤੇ ਕੋਈ ਇੱਦਾਂ ਦੀ ਮੈਡੀਸਿਨ ਵੀ ਹੈਗੀ ਹੈ ਜੋ ਕਿ ਅਸੀਂ ਲਈਏ ਅਤੇ ਠੀਕ ਹੋ ਜਾਵੇ? ਕਿਉਂਕਿ ਅਸੀਂ ਕਿਉਂਕਿ ਮੈਂ ਖੁਦ ਪਰਸਨਲੀ ਵੀ ਦੇਖਾਂ ਤਾਂ ਮੈਨੂੰ ਹੁੰਦਾ ਕਿ ਨੋਰਮਲ ਮੈਂ ਨਾ ਲਵਾਂ ਦਵਾਈ, ਆਯੁਰਵੇਦ ਨੂੰ ਹੀ ਪ੍ਰੈਫਰ ਕਰਾਂ, ਐਟਲੀਸਟ ਉਹਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ। ਬਿਲਕੁਲ ਜੀ, ਦੇਖੋ ਡੈਫੀਨੇਟਲੀ ਲਾਈਫ ਸਟਾਈਲ ਬਿਜ਼ੀ ਹੈ, ਹਰ ਬੰਦੇ ਵਾਸਤੇ ਪੋਸੀਬਲ ਨਹੀਂ ਹੈ ਇੰਨੀਆਂ ਚੀਜ਼ਾਂ ਕਰ ਪਾਉਣਾ, ਪਲੱਸ ਕਈ ਵਾਰੀ ਰੋਗ ਬਹੁਤ ਵੱਧ ਚੁੱਕਾ ਹੁੰਦਾ ਹੈ। ਬਿਲਕੁਲ, ਉਹਨਾਂ ਸਾਰੇ ਹੀ ਕੇਸਿਸ 'ਚ ਆਪਾਂ ਇੱਕ ਮੈਡੀਸਿਨ ਆਉਂਦੀ ਹੈ ਜੀ ਸਾਡੀ ਰਿਮੋ ਕੇਅਰ ਦੇ ਨਾਮ 'ਤੇ, ਉਹਦੇ ਅੰਦਰ ਮਹਾਰਾਸਨਾ ਦੀ ਕੁਆਤ, ਦੈਨ ਰਾਸਨਾ, ਸ਼ੁੰਠੀ, ਇਹੋ ਜਿਹੀਆਂ ਹਰਬਸ ਜਿਹੜੀਆਂ ਕਾਮਨ ਨੇ, ਜਿਹੜੀਆਂ ਕਿ ਬਹੁਤ ਵਧੀਆ ਨੇ ਜੁਆਇੰਟਸ ਵਾਸਤੇ ਅਤੇ ਆਰਥਰਾਈਟਿਸ ਨੂੰ ਠੀਕ ਕਰਨ ਵਾਸਤੇ, ਉਹ ਪਈਆਂ ਨੇ। FDA ਕਲੀਅਰਡ ਮੈਡੀਸਿਨ ਹੈ ਜੀ, ਇਸ ਕਰਕੇ US 'ਚ ਅਵੇਲੇਬਲ ਹੈ, ਕੈਨੇਡਾ 'ਚ 48 ਆਵਰਸ 'ਚ ਸ਼ਿਪਿੰਗ ਹੈ, ਇਸ ਕਰਕੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਰਥਰਾਈਟਿਸ ਤੋਂ ਬਹੁਤ ਤੰਗ ਹੋ, ਤੁਸੀਂ ਉਸ ਕੇਸ 'ਚ ਰਿਮੋ ਕੇਅਰ ਕੈਪਸੂਲਸ ਯੂਜ਼ ਕਰ ਸਕਦੇ ਹੋ ਜੀ, ਜਿਹੜੇ ਕਿ ਗਰਮ ਪਾਣੀ ਨਾਲ ਲੈਣੇ ਨੇ। ਪਲੱਸ ਮੇਰੀ ਰਿਕੁਐਸਟ ਉਹੀ ਰਹੇਗੀ, ਅਗਰ ਤੁਸੀਂ ਉਹ ਕੈਪਸੂਲ ਲੈ ਵੀ ਰਹੇ ਹੋ, ਤਦ ਵੀ ਜਿਹੜੇ ਲਾਈਫ ਸਟਾਈਲ ਚੇਂਜਿਸ ਵਗੈਰਾ ਮੈਂ ਗਾਈਡ ਕੀਤੇ ਨੇ, ਜ਼ਰੂਰ ਫੋਲੋ ਕਰੋ ਤਾਂ ਕਿ ਰੋਗ ਨੂੰ ਜੜੋਂ ਕੱਟਿਆ ਜਾ ਸਕੇ ਜੀ। ਬਿਲਕੁਲ ਜੀ, ਸੋ ਘਰ ਜਿਹੜਾ ਲਾਈਫ ਸਟਾਈਲ ਆ ਉਹ ਤਾਂ ਚੇਂਜ ਸਾਨੂੰ ਕਰਨਾ ਹੀ ਚਾਹੀਦਾ ਤਾਂ ਕਿ ਹਰ ਤਰ੍ਹਾਂ ਦੀ ਬਿਮਾਰੀ ਤੋਂ ਅਸੀਂ ਬਚ ਸਕੀਏ। ਰਿਮੋਕੇਅਰ ਕੈਪਸੂਲ ਜਿਹੜੇ ਨੇ ਉਹ ਮੰਗਵਾਉਣਾ ਚਾਹੁੰਦੇ ਹੋ ਅਤੇ ਨੰਬਰ ਜਿਹੜੇ ਨੇ ਫਲੈਸ਼ ਹੋ ਰਹੇ ਨੇ ਇਹਨਾਂ ਨੰਬਰ 'ਤੇ ਨੋਟ ਕਰਕੇ ਘਰ ਬੈਠੇ ਤੁਸੀਂ ਮੰਗਵਾ ਸਕਦੇ। ਅੱਛਾ ਸਰ, ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ, ਕੋਈ ਮੈਸੇਜ ਜਿਹੜਾ ਸਾਡੀ ਵਿਊਅਰਸ ਦੇ ਨਾਲ ਸ਼ੇਅਰ ਕਰਨਾ ਚਾਹੋ? ਦੇਖੋ ਜੀ, ਆਰਥਰਾਈਟਿਸ ਹੈ, ਆਰਥਰਾਈਟਿਸ ਤੋਂ ਬਚਣ ਵਾਸਤੇ ਮੈਂ ਹਮੇਸ਼ਾ ਪ੍ਰੋਗਰਾਮ 'ਚ ਹੱਕ 'ਚ ਗਰਮ ਪਾਣੀ ਦਾ, ਗਰਮ ਪਾਣੀ ਜ਼ਰੂਰ ਪੀਓ। ਗਰਮ ਪਾਣੀ ਦੇ ਨਾਲ ਦੂਜੀ ਚੀਜ਼ ਜਿਹੜੀ ਕਾਮਨ ਤੁਸੀਂ ਕਰ ਸਕਦੇ ਹੋ, ਤੁਸੀਂ ਜਿਹੜਾ ਜਿੰਜਰ ਹੈ, ਅਦਰਕ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਅਦਰਕ ਨੂੰ ਵੀ ਉਸ ਗਰਮ ਪਾਣੀ 'ਚ ਉਬਾਲ ਕੇ ਇੱਕ ਟਾਈਮ ਜ਼ਰੂਰ ਲੈ ਸਕਦੇ ਹੋ। ਇਹਦੇ ਨਾਲ ਆਰਥਰਾਈਟਿਸ ਤੋਂ ਵੀ ਬਚੋਗੇ, ਤੁਹਾਡਾ ਵੇਟ ਐਕਸੈਸਿਵ ਨਹੀਂ ਵਧੇਗਾ, ਬੋਡੀ ਨੂੰ ਐਨਰਜੀ ਮਿਲੇਗੀ, ਛੋਟੀਆਂ ਮੋਟੀਆਂ ਵਾਇਰਲ ਇਨਫੈਕਸ਼ਨਸ ਵੀ ਦੂਰ ਹੋਣਗੀਆਂ। ਇਸ ਕਰਕੇ ਗਰਮ ਪਾਣੀ ਪਲੱਸ ਅਦਰਕ ਉਬਾਲਿਆ ਹੋਇਆ ਗਰਮ ਪਾਣੀ ਦਿਨ 'ਚ ਐਟਲੀਸਟ ਇੱਕ ਟਾਈਮ ਤੁਸੀਂ ਜ਼ਰੂਰ ਲੈਣਾ ਜੀ। ਜੀ ਸੋ ਬਿਲਕੁਲ ਜੀ, ਬਾਕੀ ਯੂਟਿਊਬ ਚੈਨਲ ਡਾਕਟਰ ਨਵਦੀਪ ਸ਼ਰਮਾ ਜੀ ਦਾ, ਕਿਉਂਕਿ ਅਸੀਂ ਆਲਰੇਡੀ ਫੋਨ 'ਤੇ ਘੰਟੇ ਬਤੀਤ ਕਰਦੇ ਹਾਂ, ਬਹੁਤ ਸਾਰੀਆਂ ਐਪਸ ਹੈਗੀਆਂ ਨੇ ਸਾਡੇ ਫੋਨ 'ਤੇ, ਯੂਟਿਊਬ 'ਤੇ ਵੀ ਬਹੁਤ ਟਾਈਮ ਸਪੈਂਡ ਕਰ ਲੈਂਦੇ ਹਾਂ, ਪਰ ਉਹੀ ਜੇਕਰ ਸਾਨੂੰ ਪ੍ਰੋਪਰ ਜਾਣਕਾਰੀ ਮਿਲਦੀ ਹੋਵੇ ਸਾਡੀ ਹੈਲਥ ਨੂੰ ਲੈ ਕੇ ਤਾਂ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਜੀ। ਯੂਟਿਊਬ ਚੈਨਲ ਜ਼ਰੂਰ ਤੁਸੀਂ ਸਬਸਕ੍ਰਾਈਬ ਕਰਨਾ ਹੈਗਾ ਆ, ਐਂਡ ਕੇਅਰ ਐਪ ਡਾਊਨਲੋਡ ਕਰਨੀ ਆ, ਪ੍ਰੋਪਰ ਜਾਣਕਾਰੀ ਬਹੁਤ ਤਰ੍ਹਾਂ ਦੀ, ਇੱਕ ਵਾਰੀ ਡਾਊਨਲੋਡ ਕਰਕੇ ਦੇਖ ਲਓ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਕਿ ਕਿੰਨੀ ਸਾਰੀ ਇਨਫੋਰਮੇਸ਼ਨ ਸਾਨੂੰ ਉੱਥੋਂ ਮਿਲ ਰਹੀ ਹੈ। ਸੋ ਥੈਂਕ ਯੂ ਸੋ ਮਚ ਸਰ, ਤੁਸੀਂ ਟਾਈਮ ਕੱਢਿਆ ਸਾਡੇ ਵਿਊਅਰਸ ਦੇ ਨਾਲ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਥੈਂਕ ਯੂ ਜੀ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਅਤੇ ਮੇਰੇ ਨਾਲ ਡਾਕਟਰ ਨਵਦੀਪ ਸ਼ਰਮਾ ਜੀ ਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।